ਭਾਜੀ ਇਸ ਤਰ੍ਹਾਂ ਆ ਕਿ ਸਕੂਲ ਚ ਕੰਮ ਲੱਗੇਦਾ ਸੀ ਬਾਥਰੂਮ ਦਾ, ਸਕੂਲ ਨੂੰ ਗ੍ਰਾਂਟ ਆਈ ਹੋਈ ਆ ਬਾਥਰੂਮ ਰਿਪੇਅਰ ਦੀ, ਤੇ ਸਕੂਲ ਚ ਟਾਈਲਾਂ ਦਾ ਕੰਮ ਲੱਗੇਦਾ, ਤੇ ਇਹ ਲੇਬਰ ਕੰਮ ਜਿੱਦਾਂ 7 ਵਜੇ ਵਿਹਲੀ ਹੋ ਕੇ ਰੋਟੀ ਖਾਣ ਲੱਗੀ ਸੀਗੀ ਸ਼ਾਮ ਦੀ, ਤੇ ਰਾਤ ਇਹਨਾਂ ਨੂੰ ਨਾਲੇ ਕੋਈ 7-8 ਬੰਦੇ ਪਏ ਨੇ, ਉਹਨਾਂ ਨੇ ਹੱਥ ਰੋੜੇ ਫੜੇ ਦੇ ਸੀ, ਇਹਨਾਂ ਦੇ ਰੋੜੇ ਮਾਰੇ ਉਹਨਾਂ ਨੇ, ਤੇ ਇਹਨਾਂ ਨੇ ਆਪਣਾ ਬਚਾਵ ਕਰਨ ਲਈ ਰਸੋਈ ਦੇ ਵਿੱਚ ਅੰਦਰ ਕੁੰਡੀ ਲਗਾ ਕੇ ਤੇ ਆਪਣੇ ਆਪਣੇ ਨੂੰ ਬਚਾ ਕੀਤਾ। ਪੰਜਾਬ ਦੇ ਵਿੱਚ ਲੁੱਟਖੋਰ ਦੀਆਂ ਵਾਰਦਾਤਾਂ ਲਗਾਤਾਰ ਤੇਜ਼ੀ ਦੇ ਨਾਲ ਵੱਧਦੀਆਂ ਜਾ ਰਹੀਆਂ ਨੇ, ਤਾਂ ਹੁਣ ਲੁਟੇਰੇ ਸਕੂਲਾਂ ਨੂੰ ਵੀ ਲਗਾਤਾਰ ਆਪਣਾ ਨਿਸ਼ਾਨਾ ਬਣਾ ਰਹੇ ਨੇ। ਹਲਕਾ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡ ਗੁਰਚੱਕ ਦੇ ਸਰਕਾਰੀ ਸਕੂਲ ਵਿੱਚ ਰਹਿ ਰਹੀ ਮਿਸਤਰੀਆਂ ਦੀ ਲੇਬਰ ਉੱਤੇ ਕੁਛ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਇੱਟਾਂ ਰੋੜੇ ਬਰਸਾਏ ਗਏ ਅਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਸਕੂਲ ਦੇ ਵਿੱਚ ਵੀ ਭੰਨ ਤੋੜ ਕੀਤੀ ਗਈ ਹੈ। ਉੱਥੇ ਹੀ ਪੁਲਿਸ ਨੂੰ ਲਿਖਤੀ ਦਰਖਾਸਤ ਦੇਣ ਦੇ ਬਾਵਜੂਦ ਵੀ ਪੁਲਿਸ ਦੇ ਵੱਲੋਂ ਮੌਕਾ ਨਹੀਂ ਵੇਖਿਆ ਗਿਆ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਮਿਸਤਰੀ ਲਾਡੀ ਮਸੀਨ ਨੇ ਦੱਸਿਆ ਕਿ ਉਹ ਬੀਤੇ ਕੁਝ ਦਿਨਾਂ ਤੋਂ ਸਕੂਲ ਵਿੱਚ ਬਣਦੇ ਟਾਇਲਟ ਬਾਥਰੂਮ ਵਿੱਚ ਟਾਈਲਾਂ ਅਤੇ ਪਲਸਤਰ ਦਾ ਕੰਮ ਕਰ ਰਹੇ ਨੇ। ਉਹਨਾਂ ਦੱਸਿਆ ਕਿ ਅਸੀਂ ਬਟਾਲੇ ਏਰੀਏ ਦੇ ਰਹਿਣ ਵਾਲੇ ਹਾਂ ਅਤੇ ਰੋਜ਼ ਅਪ ਡਾਊਨ ਕਰਨ ਦੀ ਬਜਾਏ ਸਕੂਲ ਵਿੱਚ ਹੀ ਰਹਿੰਦੇ ਹਾਂ। ਬੀਤੀ ਰਾਤ ਕਰੀਬ 5-7 ਅਣਪਛਾਤੇ ਵਿਅਕਤੀਆਂ ਦੇ ਵੱਲੋਂ ਤੇਜ਼ ਧਾਰ ਹਥਿਆਰਾਂ ਦੇ ਨਾਲ ਸਕੂਲ ਦੀ ਭੰਨ ਤੋੜ ਕੀਤੀ ਅਤੇ ਲੁੱਟ ਦੀ ਵਾਰਦਾਤ ਅਤੇ ਚੋਰੀ ਦੀ ਵਾਰਦਾਤ ਤੋਂ ਅੰਜਾਮ ਦੇਣ ਦੇ ਲਈ ਇਹ ਕਾਰਗੁਜ਼ਾਰੀ ਉਹਨਾਂ ਵੱਲੋਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਅਸੀਂ ਸਕੂਲ ਦੇ ਅੰਦਰ ਦੀਆਂ ਕੁੰਡੀਆਂ ਲਾ ਕੇ ਬੜੀ ਮੁਸ਼ਕਿਲ ਦੇ ਨਾਲ ਆਪਣੀ ਜਾਨ ਬਚਾਈ ਹੈ। ਜਿਸ ਤੋਂ ਬਾਅਦ ਉਹਨਾਂ ਦੱਸਿਆ ਕਿ ਉਹਨਾਂ ਟੀਚਰ ਅਤੇ ਠੇਕੇਦਾਰ ਨੂੰ ਵੀ ਸੂਚਨਾ ਦਿੱਤੀ। ਜਦੋਂ ਉਹਨਾਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਤਾਂ ਚੌਂਕੀ ਦਾ ਕੋਈ ਵੀ ਮੁਲਾਜ਼ਮ ਉੱਥੇ ਨਹੀਂ ਪਹੁੰਚਿਆ। ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਡੀਆਰਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਦੇ ਲਈ। ਕੁਝ ਮੁੰਡੇ ਆਏ ਸੀ, ਪਹਿਲਾਂ ਵੀ ਕੁਝ ਆਏ ਸੀ ਤੇ ਪਹਿਲਾਂ ਸਾਡੇ ਨਾਲ ਸਾਡਾ ਠੇਕੇਦਾਰ ਸੀ ਤੇ ਉਹ ਕੁਝ ਕਈ ਕੋਈ ਫੜੀ ਤੇ ਉਹਨਾਂ ਮਗਰ ਗਏ ਸੀ ਤੇ ਉਹ ਭੱਜ ਗਏ ਮੁੰਡੇ। ਤੇ ਕੱਲ ਅਸੀਂ 3 ਜਾਣੇ ਸੀ ਤੇ ਅਸੀਂ ਨਾ ਰੋਟੀ ਖਾਣ ਡੇ ਸੀ ਰਸੋਈ 'ਚ ਤੇ ਕੁਝ ਮੁੰਡੇ ਆਏ, ਪਹਿਲਾਂ ਤੇ ਉਹਨਾਂ ਨੇ ਰੋੜੇ ਰਾੜੇ ਚਲਾਏ ਤੇ ਅਸੀਂ ਬਾਹਰ ਨਿਕਲੇ ਤੇ ਮਾੜੇ ਉਹ ਨਾ ਭੱਜ ਕੇ ਬੈਕ ਸਾਈਡ ਚਲ ਗਏ ਤੇ ਬਸ ਉਹਨਾਂ ਨੇ ਨਾ ਬਾਰੀਆਂ ਤੇ ਦਾਤਰ ਦੂਤਰ ਮਾਰੇ, ਫਿਰ ਰੋੜੇ ਮਾਰਨ ਡੇ ਪਏ ਸੀ ਤੇ ਅਸੀਂ ਫੋਨ ਕੀਤਾ ਆਪਣੇ ਠੇਕੇਦਾਰ ਨੂੰ। ਠੇਕੇਦਾਰ ਕੁਝ ਮੁੰਡੇ ਲੈ ਕੇ ਆਇਆ ਤੇ ਉਹ ਭੱਜ ਗਏ ਮੁੰਡੇ। ਕੀ ਤੁਹਾਡੇ ਕੋਲ ਰੰਜਿਸ਼ ਉਹਨਾਂ ਮੁੰਡਿਆਂ ਦਾ? ਨੋ ਸਰ। ਫਿਰ ਕਿਉਂ ਆਏ, ਕਾਰਨ ਕੀ ਹੈ? ਸਾਰਾ ਦਰਵਾਜ਼ੇ ਦਰਵੂਜ਼ੇ ਅਸੀਂ ਲਾ ਕੇ ਰੱਖੇ ਸੀ ਲੋਹੇ ਦੇ, ਕੰਮ ਡਿਆ ਚੱਲਣ ਟੈਲਾਂ ਦਾ ਤੇ ਦਰਵਾਜ਼ੇ ਲਾਉਣੇ ਪਏ ਤੇ ਅਸੀਂ ਦਰਵਾਜ਼ੇ ਲਾ ਕੇ ਰੱਖੇ ਸੀ ਤੇ ਮੋਟਰ ਮਾਟਰਾਂ ਇਹ ਲੁੱਟ ਦੀ ਮਾਰ ਚ ਆਏ ਸੀ। ਤੇ ਇਹਦੇ ਸੰਬੰਧੀ ਪੁਲਿਸ ਨੂੰ ਤੁਸੀਂ ਸੂਚਿਤ ਕੀਤਾ? ਹਾਂਜੀ ਸਰ, ਸਾਡਾ ਠੇਕੇਦਾਰ ਗਿਆ ਹੈ। ਕੀ ਮੰਗ ਕਰਦੇ ਆਪਾਂ ਸਰਕਾਰ ਤੋਂ? ਇਨਸਾਫ ਚਾਹੀਦਾ ਸਰ ਸਾਨੂੰ, ਅਸੀਂ ਕਿਉਂਕਿ ਬਗਾਨੇ ਪਿੰਡ ਆਏ ਹਾਂ, ਐਡੀ ਦੂਰ ਆਏ ਕੰਮ ਕਰਨ, ਤੇ ਸਾਨੂੰ ਇਨਸਾਫ ਚਾਹੀਦਾ। ਤੁਸੀਂ ਰਾਤ ਇੱਥੇ ਨਹੀਂ ਦੇ? ਹਾਂਜੀ ਸਰ, ਅਸੀਂ ਇੱਥੇ ਨਹੀਂ। ਭਾਜੀ ਇਸ ਤਰ੍ਹਾਂ ਆ ਕਿ ਸਕੂਲ ਚ ਕੰਮ ਲੱਗੇਦਾ ਸੀ ਬਾਥਰੂਮ ਦਾ, ਸਕੂਲ ਨੂੰ ਗ੍ਰਾਂਟ ਆਈ ਹੋਈ ਆ ਬਾਥਰੂਮ ਰਿਪੇਅਰ ਦੀ, ਤੇ ਸਕੂਲ ਚ ਟਾਈਲਾਂ ਦਾ ਕੰਮ ਲੱਗੇਦਾ, ਤੇ ਇਹ ਲੇਬਰ ਕੰਮ ਜਿੱਦਾਂ 7 ਵਜੇ ਵਿਹਲੀ ਹੋ ਕੇ ਰੋਟੀ ਖਾਣ ਲੱਗੀ ਸੀਗੀ ਸ਼ਾਮ ਦੀ, ਤੇ ਰਾਤ ਇਹਨਾਂ ਨੂੰ ਨਾਲੇ ਕੋਈ 7-8 ਬੰਦੇ ਪਏ ਨੇ, ਉਹਨਾਂ ਨੇ ਹੱਥ ਰੋੜੇ ਫੜੇ ਦੇ ਸੀ, ਇਹਨਾਂ ਦੇ ਰੋੜੇ ਮਾਰੇ ਉਹਨਾਂ ਨੇ, ਤੇ ਇਹਨਾਂ ਨੇ ਆਪਣਾ ਬਚਾਵ ਕਰਨ ਲਈ ਰਸੋਈ ਦੇ ਵਿੱਚ ਅੰਦਰ ਕੁੰਡੀ ਲਗਾ ਕੇ ਤੇ ਆਪਣੇ ਆਪਣੇ ਨੂੰ ਬਚਾ ਕੀਤਾ। ਫਿਰ ਉਹਨਾਂ ਨੇ ਡਰਾਟ ਦੇ ਨਾਲ ਬਾਹਰ ਹਮਲਾ ਕੀਤਾ ਇਹਨਾਂ ਦੇ ਉੱਤੇ, ਦਰਵਾਜ਼ੇ ਦੇ ਉੱਤੇ ਪਿੱਛੇ ਬਾਰੀਆਂ ਵੀ ਉਹਨਾਂ ਨੇ ਭੰਨ ਦਿੱਤੀਆਂ, ਤੇ ਜਿਸ ਨਾਲ ਸਕੂਲ ਦੇ ਵਿੱਚ ਬੜਾ ਹੀ ਮਤਲਬ ਕਿ ਦਹਿਸ਼ਤ ਫੈਲੀ ਹੋਈ ਹੈ। ਅਸੀਂ ਵੀ ਇਸ ਸਕੂਲ ਦੇ ਵਿੱਚ ਸਿੰਗਲ ਟੀਚਰ ਹਾਂ, ਮੈਂ ਸਕੂਲ ਗੁਰਚੱਕ ਦੇ ਵਿੱਚ ਸਿੰਗਲ ਟੀਚਰ ਹਾਂ, ਨਾਲ ਮੇਰੇ ਆ ਮੈਡਮ ਨੇ, ਮੈਂ ਡਾਲੇ ਸਕੂਲ 'ਚ ਸਿੰਗਲ ਟੀਚਰ ਹਾਂ, ਮੇਰੇ ਕੋਲੋਂ 31 ਬੱਚੇ ਨੇ ਅਤੇ ਇਸ ਮੈਡਮ ਕੋਲੋਂ 12 ਬੱਚੇ ਨੇ, ਅਸੀਂ ਸਿੰਗਲ ਟੀਚਰ ਹਾਂ। ਅਸੀਂ ਇੱਥੋਂ ਗੁਰਦਾਸਪੁਰੋਂ ਚੱਲ ਕੇ ਮੈਂ ਆਉਂਦੀ ਹਾਂ, ਮਤਲਬ ਕਿ ਦੂਰੋਂ ਆਈਦਾ, ਪਰ ਇੱਥੋਂ ਦਾ ਮਾਹੌਲ ਹੁਣ ਸਾਨੂੰ ਲੱਗਦਾ ਨਹੀਂ ਕਿ ਸਾਡੇ ਲਈ ਸੇਫ ਹੈਗਾ। ਸਰਕਾਰ ਅੱਗੇ ਇਹੀ ਅਪੀਲ ਕੀਤੀ ਜਾਂਦੀ ਹੈ ਕਿ ਸਾਨੂੰ ਇਸ ਸਕੂਲ ਦੇ ਵਿੱਚ, ਜਿੱਦਾਂ ਤੁਸੀਂ ਦੇਖੋਗੇ ਇਸ ਸਕੂਲ ਦੀਆਂ ਕੰਧਾਂ ਵੀ ਬਹੁਤ ਛੋਟੀਆਂ ਨੇ, ਬਾਉਂਡਰੀ ਵਾਲ ਵੀ ਪ੍ਰੋਪਰ ਨਹੀਂ ਬਣੀ ਦੀ,
ਜਦੋਂ ਸਕੂਲ ਨੂੰ ਜੇ ਬਾਉਂਡਰੀ ਵਾਲ ਦੀ ਗ੍ਰਾਂਟ ਵੀ ਆਈ ਦੀ ਆ ਤਾਂ ਵੀ ਸਕੂਲ ਦੇ ਕੁਛ ਆਣ ਕੇ ਕੰਮ ਰੋਕ ਦਿੰਦੇ ਆ, ਤੇ ਸਰਕਾਰ ਨੂੰ ਚਾਹੀਦਾ ਆਪ ਆਣ ਕੇ ਦੇਖੇ ਕਿ ਕੀ ਇੱਥੋਂ ਦਾ ਮਾਹੌਲ ਚੱਲ ਹੈਗਾ ਤੇ ਸਾਨੂੰ ਸੁਰੱਖਿਆ ਪ੍ਰੋਵਾਈਡ ਕਰਵਾਈ ਜਾਏ। ਕੀ ਲੱਗਦਾ ਤੁਹਾਨੂੰ ਕਿ ਜਿਹੜੇ ਮੁੰਡੇ ਪਏ ਨੇ ਇਹਨਾਂ ਦੀ ਕੋਈ ਰੰਜਿਸ਼ ਇਹਨਾਂ ਦੇ ਨਾਲ ਮਿਸਤਰੀਆਂ ਦੇ ਨਾਲ ਕਿ ਜਾਂ ਹੋਰ ਕੋਈ ਉਹਨਾਂ ਦੀ ਰੰਜਿਸ਼ ਵਿਚਾਰਿਆਂ ਨਾਲ ਭਾਜੀ ਕੀ ਹੋਣੀ ਆ, ਤੇ ਬਟਾਲੇ ਤੋਂ ਆਈ ਆ ਲੇਬਰ। ਲੇਬਰ ਇਸ ਤਰ੍ਹਾਂ ਆ ਕਿ ਪ੍ਰੈਸ਼ਰ ਪੈਂਦਾ ਵਾ ਕਿ ਗ੍ਰਾਂਟਾਂ ਜਲਦ ਤੋਂ ਜਲਦ ਖਰਚੀਆਂ ਜਾਣ, ਇਸ ਕਰਕੇ ਬਟਾਲੇ ਤੋਂ ਆਏ ਦੇ ਆ। ਆਣ ਕੇ ਇਹਨਾਂ ਦਾ ਵੀ ਇਹੀ ਮੋਟਿਵ ਹੈ ਕਿ ਕੰਮ ਛੇਤੀ ਹੋ ਜੇ ਤੇ ਵਧੀਆ ਤਰੀਕੇ ਨਾਲ ਹੋਵੇ, ਹਨਾ। ਦਿਨ ਛੋਟੇ ਨੇ, ਇਸ ਕਰਕੇ ਕਹਿੰਦੇ ਸਾਨੂੰ ਅਪ ਡਾਊਨ ਕਰਨਾ ਔਖਾ ਹੈ, ਰਾਤ ਇੱਥੇ ਰਹਿੰਦੇ ਨੇ। ਰੰਜਿਸ਼ ਇਹਨਾਂ ਨਾਲ ਕੋਈ ਨਹੀਂ, ਅਸਲ 'ਚ ਬਾਰਡਰ ਏਰੀਆ ਕਰਕੇ ਇੱਥੇ ਅਮਲੀ ਨਸ਼ੇ ਨੁਸ਼ੇ ਕਰਨ ਵਾਲੇ ਬੰਦੇ ਕਾਫੀ ਘੁੰਮਦੇ ਨੇ। ਅੱਗੇ ਵੀ ਜੂਨ ਦੇ ਵਿੱਚ ਮੇਰੇ ਸਕੂਲ ਦਾ ਨਲਕਾ ਚੋਰੀ ਕਰਕੇ ਚਲ ਗਏ ਸੀ, ਮੈਂ ਉਹਦੀ ਵੀ FIR ਜਮ੍ਹਾਂ ਕਰਵਾਈ ਸੀ ਪੁਲਿਸ ਚੌਂਕੀ 'ਚ, ਨਾ ਕੰਪਲੇਂਟ ਲਿਖਵਾਈ ਸੀਗੀ। ਸਾਨੂੰ ਇਹੀ ਹੈ ਕਿ ਇੱਥੇ ਆਣ ਕੇ ਜਰਾ ਕੁ ਸਰਕਾਰ ਵੱਲੋਂ ਥੋੜਾ ਜਿਹਾ ਆਣ ਕੇ ਦੇਖਿਆ ਜਾਏ। ਗੁਰਚੱਕ ਡਾਲਾ ਸਕੂਲ ਕੁਛ ਜ਼ਿਆਦਾ ਹੀ ਪਿਛੜੇ ਲੱਗਦਾ ਕਿ ਉਹਨਾਂ ਦੀ ਚੋਰੀ ਦੀ ਮਨਸ਼ਾ ਦੇ ਨਾਲ ਹੀ, ਮਤਲਬ ਹਾਂ ਮਨਸ਼ਾ ਉਹਨਾਂ ਦੀ ਚੋਰੀ ਦੀ ਹੀ ਹੋ ਸਕਦੀ ਹੈ ਕਿ ਉਹਨਾਂ ਨੇ ਚੋਰੀ ਹੀ ਕਰਨੀ ਸੀ, ਤੇ ਦਰਵਾਜ਼ੇ ਲੱਥੇ ਹੋਏ ਆ, ਮੋਟਰ ਲੱਗੀ ਹੋਈ ਹੈ, ਤੇ ਤੁਹਾਨੂੰ ਪਤਾ ਹੈ ਸਮਾਨ ਕਰਕੇ ਉਹ ਆਉਂਦੇ ਆ ਸਕੂਲ ਤੇ ਚੋਰੀ ਕਰਦੇ ਆ। ਇਸ ਸੰਬੰਧੀ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ? ਸੂਚਿਤ ਹਾਂਜੀ, ਕੰਪਲੇਂਟ ਕਰ ਦਿੱਤੀ ਹੈ। ਰਾਤੀ ਜਦੋਂ ਉਹਨਾਂ ਦਾ ਫੋਨ ਮੈਨੂੰ 8 ਵਜੇ ਆਇਆ, 8:30 ਵਜੇ ਮੈਂ ਸਕੂਲ ਦੇ ਜਿਹੜੇ ਸਾਡੇ ਪਿੰਡ ਦੇ ਸਰਪੰਚ ਗੁਰਮੁਖ ਸਰ ਭਾਜੀ ਨੇ, ਉਹਨਾਂ ਨੂੰ ਮੈਂ ਫੋਨ ਕਰ ਦਿੱਤਾ ਸੀਗਾ, ਉਹਨਾਂ ਨੇ ਵੀ ਦੱਸਿਆ। ਉਹ ਜਦੋਂ ਮੌਕੇ ਤੇ ਪਹੁੰਚੇ ਤੇ ਭੱਜ ਚੁੱਕੇ ਸੀਗੇ। ਕੀ ਮੰਗ ਕਰਦੇ ਆਪਾਂ? ਮੰਗ ਇਹੀ ਹੈ ਕਿ ਸਕੂਲ ਜਿੱਦਾਂ ਹੀ ਸਿੰਗਲ ਸਿੰਗਲ ਟੀਚਰ ਹੈਗੇ ਆ ਤੇ ਬੱਚੇ ਵੀ ਛੋਟੇ ਨੇ, ਇੱਥੇ ਆਣ ਕੇ ਸਕੂਲ ਦੀ ਇੱਕ ਬਾਉਂਡਰੀ ਵਾਲ ਪੱਕੀ ਉੱਚੀਆਂ ਦੀਵਾਰਾਂ ਕਰਵਾਈਆਂ ਜਾਣ, ਸਰਕਾਰ ਸਕੂਲ ਨੂੰ ਗ੍ਰਾਂਟ ਭੇਜੇ, ਵੱਧ ਤੋਂ ਵੱਧ ਭੇਜੇ ਤਾਂ ਕਿ ਅਸੀਂ ਪੱਕੀਆਂ ਉੱਚੀਆਂ ਦੀਵਾਰਾਂ ਕਰਾ ਦਈਏ ਤੇ ਨਾਲ ਦਰਵਾਜ਼ੇ ਮਤਲਬ ਕਿ ਇਹਦੇ ਉੱਚੇ ਲੱਗਣ ਕਿ ਤਾਂ ਕਿ ਅੱਗੇ ਤੋਂ ਇਹ ਵਾਲੀ ਘਟਨਾ ਨਾ ਹੋਵੇ।